50-60 ਸਾਲ ਦੀ ਉਮਰ ਦਾ ਆਦਮੀ, ਔਰ ਮੇਰੀ ਉਮਰ ਉਸ ਵੇਲੇ 13-14 ਸਾਲ ਸੀ, ਤੇ ਆਤਾ ਜਾਤਾ ਕੁਛ ਨਹੀਂ, ਔਰ ਨਾਮ ਮੌਲਵੀ ਫਾਜ਼ਲ ਹੈ। ਪੜ੍ਹੋ ਮੁਹਾਵਰਾ ਲੁਗਤ ਵਿੱਚ, ਜ਼ਰਬੁਲ ਮਸਲ ਉਰਦੂ ਦੀ, ਆਤਾ ਜਾਤਾ ਕੁਛ ਨਹੀਂ ਔਰ ਨਾਮ ਮੌਲਵੀ ਫਾਜ਼ਲ, ਮੁਹੰਮਦ ਫਾਜ਼ਲ। ਤੇ ਇਹ ਕੀ ਵਜ੍ਹਾ ਕਿ ਮਤਲਬ ਇਹ ਵੇ ਕਿ ਫਾਜ਼ਲ ਸਿਰਫ ਨਾਂ ਦਾ, ਫਾਜ਼ਲ ਕੋਲੋਂ ਤੇ ਫਜ਼ਲਾ ਵੀ ਹੈ ਨਾ, ਨੱਕ ਦੇ ਫਜ਼ਲੇ ਨੂੰ ਵੀ ਫਾਜ਼ਲ ਕਹਿ ਦਿੰਦੇ ਨਾ, ਫਾਜ਼ਲ ਜੀ। ਇਹ ਫਜ਼ਲਾ, ਇਹ ਜਿਤਨੇ ਸਟੇਜਾਂ ਤੇ ਬੈਠੇ ਫਿਰਦੇ ਨਾ, ਇਹ ਫਜ਼ਲਾ ਇੰਜ ਨਾ ਸਮਝੋ, ਇਹ ਫਜ਼ਲਾ ਵੀ ਨਾ ਸੀਂਡ ਫਜ਼ਲੇ ਨੇ, ਉਹ ਫਜ਼ਲ ਵਾਲੇ ਫਾਜ਼ਲ ਹੋਰ ਹਨ। ਇੱਕ ਬੰਦੇ ਨੇ ਕਿਹਾ, ਇੱਕ ਜ਼ਹਾਨਤ ਦੀ ਗੱਲ ਆ ਗਈ ਮੈਨੂੰ ਯਾਦ ਕਰਾਈ ਗੱਲ ਜਿਸ ਮੈਂ ਸ਼ੁਰੂ ਕੀਤੀ, ਅਸਲ ਆਸਾਂ ਵਿੱਚ ਬਹੁਤ ਸਾਰੀਆਂ ਗੱਲਾਂ, ਮੇਰੇ ਨਾਲ ਇੱਕ ਮਾਨੀ ਦੀ ਬਰਾਤ ਚੱਲਦੀ ਹੈ, ਜਿਸ ਵੇਲੇ ਮੈਂ ਆਪਣੇ ਬਿਆਨ ਦੇ ਦੂਲੇ ਨੂੰ ਕੱਢਣਾ ਨਾ ਬਾਹਰ, ਫਿਰ ਮਾਨੀ ਦੀ ਬਰਾਤ ਚੱਲਦੀ ਹੈ, ਸਮਝ ਆਈ ਨਾ। ਤੇ ਫਿਰ ਇਧਰੋਂ ਉਧਰੋਂ ਇਹ ਜਿਹੜੀਆਂ ਕੋਈ ਇਹ ਪੇਸ਼ ਕਰ ਰਿਹਾ, ਕੋਈ ਉਹ ਦੇ ਰਿਹਾ, ਕੋਈ ਇਧਰੋਂ ਦੱਸ ਰਿਹਾ, ਕੋਈ ਸਾਰਿਆਂ ਨੂੰ ਫਿਰ ਲੈਣਾ ਪੈਂਦਾ ਨਾਲ। ਇਹ ਮੈਂ ਕਹਿਣਾ ਅਜ਼ਲ ਤੇ ਫਾਜ਼ਲ, ਉਹ ਬੰਦੇ ਨੇ ਬਹੁਤ ਬਣੇ ਤੇ ਇਹ ਕੁਝ ਨਹੀਂ ਸੀ, ਤੇ ਉਹ ਮੈਨੂੰ ਕਿਸੇ ਬੰਦੇ ਹੋ ਕਹਿੰਦੇ, ਮੇਰੇ ਇਬਤਦਾਈ ਦੌਰ ਸੀ ਬਿਲਕੁਲ, ਫਾਰਸੀ ਮੈਂ ਨਵੀਂ ਨਵੀਂ ਪੜ੍ਹੀ, ਅੱਲਾ ਨੇ ਮੈਨੂੰ ਅੱਛਾ ਜ਼ਿਹਨ ਅਤਾ ਫਰਮਾਇਆ, ਬਹੁਤ ਜ਼ਿਆਦਾ ਤਾਰੀਫ ਤੇ ਨਹੀਂ ਮੈਂ ਕਰਦਾ, ਲੇਕਿਨ ਨਾ ਵੀ ਕਰਾਂ ਨਾ ਤੇ ਇਹ ਵੀ ਬੜੀ ਕਮੀਨਗੀ ਹੈ ਕਿ ਉਸਨੇ ਜਿਤਨਾ ਮੈਨੂੰ ਅਤਾ ਕੀਤਾ ਤੇ ਮੈਂ ਖਾਤੋ ਤੇ ਮੈਨੂੰ ਕੁਝ ਨਹੀਂ ਦਿੱਤਾ ਹੈ ਜੀ। ਤਰਦੀ ਸੇ ਨਹਿਮਤ ਹੈ, ਹੁਕਮ ਹੈ ਕਿ ਤੂੰ ਦੱਸਿਆ ਕਰ ਮੇਰੇ ਤੇ ਕਰਮ ਕੀਤਾ, ਉਹ ਮੇਰੇ ਤੇ ਕਰਮ ਕੀਤਾ ਨਾ ਤੁਹਾਡੇ ਸਾਹਮਣੇ ਜੀ। ਤੇ ਇਹ ਜਨਾਬ ਕੀ ਹੈ, ਮੈਂ ਦੱਸ ਰਿਹਾ ਕਿ ਉਸ ਬੰਦੇ ਨੇ ਬਹੁਤ ਗੱਲ ਕੀਤੀ, ਮੈਂ ਕਿਹਾ ਚੱਲ ਮੈਂ ਤੇਰੀ ਕਾਬਲੀਅਤ ਦਾ ਇਮਤਿਹਾਨ ਲੈਂਦਾ, ਉਸ ਕਿਹਾ ਤੂੰ ਬੱਚਿਆ, ਮੈਂ ਕਿਹਾ ਤੂੰ ਬੱਚਿਆ ਮੇਰੇ ਕੋਲ, ਮੈਂ ਕਿਹਾ ਤੂੰ ਬੱਚਿਆ ਆ, ਮੈਂ ਥੋੜਾ ਜਿਹਾ ਫਿਕਰੇ ਸੁਖਨ ਕੀਤਾ, ਮੈਂ ਉਹ 15 ਸ਼ੇਰ ਲਿਖੇ, ਉਹ ਸ਼ੇਰ ਤਾਂ 2-3 ਯਾਦ ਹਨ, ਇੱਕ ਮੈਂ ਤੁਹਾਨੂੰ ਸੁਣਾਉਂਦਾ। ਉਹ ਚੋਟੀ ਦਾ ਪੜਿਆ ਆਦਮੀ ਸੀ, 50-60 ਸਾਲ ਦੀ ਉਮਰ ਦਾ ਆਦਮੀ, ਔਰ ਮੇਰੀ ਉਮਰ ਉਸ ਵੇਲੇ 13-14 ਸਾਲ ਸੀ, ਅੱਜ ਵੀ ਮੈਨੂੰ ਯਾਦ ਹੈ ਆ ਗਈ ਗੱਲ ਹੁਣ ਵਾਲੀ। ਹੁਣ ਸੁਣਿਓ ਜਨਾਬ, ਉਸ ਵੇਲੇ ਮੈਨੂੰ ਅੱਲਾ ਨੇ ਇਹ ਜ਼ਹਾਨਤ ਔਰ ਅਕਲ ਦਿੱਤੀ ਸੀ ਮੈਨੂੰ। ਇਹ ਬੰਦਾ ਜਿਹੜਾ ਵੱਡਾ ਹੁੰਦਾ ਨਾ, ਇਹ ਉਮਰ ਨਾਲ ਨਹੀਂ ਵੱਡਾ ਹੁੰਦਾ, ਇਹ ਜਿਸਮ ਦੀ ਉਮਰ ਹੋਰ ਹੁੰਦੀ ਹੈ ਤੇ ਦਿਮਾਗ ਦੀ ਉਮਰ ਹੋਰ ਹੁੰਦੀ ਹੈ। ਬਾਅਦ ਜਿਸਮ ਦੇ ਉਮਰ ਦੇ ਬੰਦੇ ਜਿਹੜੇ ਨੇ ਉਹਨਾਂ ਦੀ 70 ਸਾਲ ਦੀ ਉਮਰ ਹੁੰਦੀ ਹੈ, ਤੇ ਉਹਨਾਂ ਦੇ ਦਿਮਾਗ ਔਰ ਇਲਮ ਦੀ ਉਮਰ ਜਿਹੜੀ 5 ਸਾਲ ਦੇ ਬੱਚੇ ਦੇ ਬਰਾਬਰ ਹੁੰਦੀ ਹੈ, ਤੇ ਬਾਅਦ ਬੱਚੇ ਹੁੰਦੇ ਨੇ ਲੇਕਿਨ ਉਹਨਾਂ ਦੀ ਦਿਮਾਗੀ ਉਮਰ ਜਿਹੜੀ ਹੁੰਦੀ ਹੈ ਉਹ 200 ਸਾਲ ਦੇ ਬੰਦੇ ਦੀ ਹੁੰਦੀ ਹੈ, ਤੇ ਉਹਨਾਂ ਦੀ ਉਮਰ 8 ਸਾਲ ਦੀ ਉਮਰ ਦੀ ਹੁੰਦੀ ਹੈ। ਇਸ ਨੂੰ ਵੇਖ ਲਓ, ਇਮਾਮ ਸ਼ਾਫੀ ਨੂੰ ਵੇਖ ਲਓ। ਪਰ ਉਸ ਨੂੰ ਮੈਂ ਕਿਹਾ ਕਿ ਤੂੰ ਦੱਸ, ਮੈਂ ਕਿਹਾ ਜਨਾਬ ਇਹ ਫਿਕਰ ਜ਼ਰਾ ਕਰਕੇ ਨਾ, ਮੈਂ ਸ਼ੇਰ ਪੇਸ਼ ਕਰ ਕੀਤੇ, ਸ਼ੇਰ ਪੇਸ਼ ਕੀਤੇ, ਇੱਕ ਸ਼ੇਰ ਮੈਂ ਸੁਣਾਇਆ ਕਿ ਮੈਂ ਕਿਹਾ ਆਰਿਫੇ ਇਨਸਾਨੀਅਤ ਸਾਹਿਬ ਸ਼ਰਫ ਫਾਜ਼ਿਲ ਫਕੀਰ, ਆਰਿਫੇ ਇਨਸਾਨੀਅਤ ਸਾਹਿਬ ਸ਼ਰਫ ਫਾਜ਼ਿਲ ਫਕੀਰ, ਸਰ ਫਰੋ ਅੰਦਾ ਅਜ ਔਸਾਫੇ ਤੋ ਫਜ਼ਲੇ ਫਰੰਗ। ਇਹ 13 ਸਾਲ ਦੀ ਉਮਰ ਦਾ, 14 ਸਾਲ ਦੀ ਉਮਰ ਦਾ ਮੇਰਾ ਸ਼ੇਰ,
ਕਿ ਮੈਂ ਕਿਹਾ ਤੂੰ ਤੇਰੀ ਕੀ ਤਾਰੀਫ ਕਰਾਂ। ਕਹਿੰਦੇ ਸੁਬਾਨ ਅੱਲਾ, ਬੜੀ ਤਾਰੀਫ ਕੀਤੀ ਹੈ ਯਾਰ। ਮੈਂ ਕਿਹਾ ਬੱਚੂ, ਇਲਮ ਹੋਇਆ ਨਾ ਤੇ ਸਮਝ ਆਈ ਆ, ਤੇ ਫਿਰ ਸੋਚ ਸੇ ਪਿੱਟੇਗਾ ਕਿ ਮੈਨੂੰ ਤੇ ਮੈਂ ਤੈਨੂੰ ਕਿਹਾ ਕੀ ਹੈ। ਮਿਸਰਾ ਸਾਨੀ ਵੇਖੋ, ਇਹ ਬੁਜ਼ਾਰਤਾਂ ਤੇ ਇਲਮ ਦਾ ਦੌਰ ਨਹੀਂ ਰਿਹਾ, ਮੈਂ ਤੁਹਾਨੂੰ ਨਿਸ਼ਾਨੀਆਂ ਦੇ ਰਿਹਾ ਪੁਰਾਣੇ। ਹੁਣ ਸਾਡੀ ਇਹ ਕਦਰ ਕਰਨ ਵਾਲੇ ਕੌਣ? ਕੋਈ ਨਹੀਂ ਰਹਿ ਗਿਆ। ਪੀਰ ਸਮਝ ਕੇ ਲੋਕ ਹੱਥ ਚੁੰਮਦੇ ਨੇ, ਮੈਨੂੰ ਉਸ 'ਤੇ ਕੋਈ ਖੁਸ਼ੀ ਨਹੀਂ। ਮੈਨੂੰ ਕੋਈ ਸਮਝ ਕੇ ਮੈਨੂੰ ਅੱਜ ਤੱਕ ਨਹੀਂ ਮਿਲਿਆ।